ਬੀਤੇ ਦਿਨੀ ਨੰਗਲ ਦੇ ਇੱਕ ਸਿਲੰਡਰਾਂ ਦੇ ਗੋਦਾਮ 'ਚ ਚੋਰਾਂ ਵੱਲੋਂ ਰੈਕੀ ਕਰਨ ਤੋਂ ਬਾਅਦ ਗੋਦਾਮ ਦੀ ਕੰਧ ਟੱਪ ਕੇ ਅੰਦਰ ਦਾਖਲ ਹੋ ਕੇ ਸਿਲੰਡਰ ਚੋਰੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ ਅਤੇ ਸਿਲੰਡਰ ਚੋਰੀ ਦੌਰਾਨ ਸਾਰੀ ਘਟਨਾ ਗੋਦਾਮ ਵਿੱਚ ਲੱਗੇ CCTV ਕੈਮਰੇ ਵਿੱਚ ਕੈਦ ਹੋ ਗਈ, ਜਿਸ ਵਿੱਚ ਸਾਫ਼ ਦਿਖਾਈ ਦੇ ਰਿਹਾ ਕਿ ਚੋਰ ਕਿਵੇਂ ਰੈਕੀ ਕਰਨ ਤੋਂ ਬਾਅਦ ਗੋਦਾਮ ਦੇ ਵਿੱਚੋਂ ਸਿਲੰਡਰ ਚੱਕ ਕੇ ਰਫੂ ਚੱਕਰ ਹੋ ਜਾਂਦੇ ਹਨ। ਇਸ ਮਾਮਲੇ ਸੰਬੰਧੀ ਨੰਗਲ ਪੁਲਿਸ ਨੇ ਮੁਸਤੈਦੀ ਦਿਖਾਉਂਦੇ ਹੋਏ ਕੁਝ ਹੀ ਘੰਟਿਆਂ ਵਿੱਚ ਗੈਸ ਸਿਲੰਡਰ ਚੋਰੀ ਕਰਨ ਵਾਲੇ ਚੋਰਾਂ ਨੂੰ ਧਰ ਦਬੋਚਿਆ ਹੈ। ਮਿਲੀ ਜਾਣਕਾਰੀ ਮੁਤਾਬਕ ਚੋਰਾਂ ਵੱਲੋਂ ਉਮੇਕਪੁਰ ਸਥਿਤ ਗੈਸ ਏਜੰਸੀ ਵਿੱਚੋਂ ਗੈਸ ਏਜੰਸੀ ਦੀ ਦੀਵਾਰ ਟੱਪ ਕੇ ਚੋਰੀ ਕੀਤੇ ਗਏ 5 ਸਿਲੰਡਰਾਂ ਸਮੇਤ ਚੋਰਾਂ ਨੂੰ ਫੜਨ 'ਚ ਸਫਲਤਾ ਹਾਸਲ ਕੀਤੀ ਹੈ। ਥਾਣਾ ਮੁਖੀ ਹਰਦੀਪ ਸਿੰਘ ਨੇ ਦੱਸਿਆ ਕਿ ਜਿਵੇਂ ਹੀ ਉਹਨਾਂ ਨੂੰ ਇਸ ਪ੍ਰਤੀ ਸੂਚਨਾ ਮਿਲੀ, ਪੁਲਿਸ ਨੇ ਫੌਰਨ ਹਰਕਤ ਵਿੱਚ ਆਉਂਦੇ ਹੋਏ ਮਿਲੇ ਤੱਥਾਂ ਦੀ ਜਾਂਚ ਕਰਦੇ ਹੋਏ ਇਹਨਾਂ ਚੋਰਾਂ ਨੂੰ ਪਕੜਨ ਵਿੱਚ ਸਫਲਤਾ ਹਾਸਲ ਕੀਤੀ ਹੈ ਅਤੇ ਇਹਨਾਂ ਕੋਲੋਂ 5 ਗੈਸ ਸਿਲੰਡਰ ਵੀ ਬਰਾਮਦ ਕਰ ਲਏ ਗਏ ਹਨ ਅਤੇ ਇਹਨਾਂ ਕੋਲ ਗਹਿਰਾਈ ਨਾਲ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਅਤੇ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਇਲਾਕਾ ਵਾਸੀਆਂ ਨੇ ਪੁਲਿਸ ਵੱਲੋਂ ਕੀਤੇ ਇਸ ਕਾਰਜ ਦੀ ਜ਼ੋਰਦਾਰ ਸ਼ਲਾਘਾ ਕੀਤੀ ਹੈ। ਬਿਊਰੋ ਰਿਪੋਰਟ, ਮੇਰਾ ਪੰਜਾਬ ਨਿਊਜ਼। ਪੁਲਿਸ ਨੂੰ ਇੰਟੀਮੇਸ਼ਨ ਮਿਲੀ ਸੀ ਸਿਲੰਡਰ ਚੋਰੀ ਹੋਣ ਦੀ, ਪੁਲਿਸ ਨੇ ਮੁਸਤੈਦੀ ਦਿਖਾਉਂਦੇ ਹੋਏ ਨਾਲ ਦੇ ਨਾਲ ਬੰਦਿਆਂ ਨੂੰ ਟਰੇਸ ਕਰਕੇ ਰਿਕਵਰੀ ਕਰਾ ਲਈ ਹੈ ਅਤੇ ਹੋਰ ਮੁਸਤੈਦੀ ਗਹਿਰਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਇੱਥੇ ਲੋਕਲ ਮੁੰਡੇ ਨੇ ਜੀ MP ਦੀ ਕੋਠੀ ਤੋਂ, ਅਤੇ ਇਹਨਾਂ ਤੋਂ 5 ਸਿਲੰਡਰ ਰਿਕਵਰ ਹੋਏ ਨੇ ਅਤੇ ਜਾਂਚ ਕੀਤੀ ਹੈ। ਹਾਂ, ਜਾਂਚ ਕੀਤੀ ਜਾ ਰਹੀ ਹੈ, ਗਹਿਰਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਇਹਨਾਂ ਤੋਂ ਵੀ ਹੋਰ 3 ਸਿਲੰਡਰਾਂ ਤੋਂ ਬਰਾਮਦ ਹੋ ਰਹੀ ਹੈ।